subscribe our channel for latest updates. ਪੰਜਾਬ ਵਿੱਚ ਖਾਲਿਸਤਾਨ ਦੀ ਲਹਿਰ 1980 ਵਿੱਚ ਚੱਲੀ ਅਤੇ ਇਸ ਦਰਮਿਆਨ ਬਲੂ ਸਟਾਰ ਅਤੇ ਬਲੈਕ ਥੰਡਰ ਵਿੱਚ ਅਨੇਕਾਂ ਹੀ ਸਿੱਖਾਂ ਅਤੇ ਹਿੰਦੂਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਭਾਵੇਂ ਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਸਮੇਂ ਰਹਿੰਦਿਆਂ ਖਾਲਿਸਤਾਨ ਖਤਮ ਕਰ ਦਿੱਤਾ ਸੀ, ਖਾਲਿਸਤਾਨ ਦੇ ਦੌਰ ਤੋਂ ਨਿਕਲਣ ਤੋਂ ਬਾਅਦ ਹੁਣ ਦੁਬਾਰਾ ਇਸ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਨਾਭਾ ਵਿਖੇ ਦੀਵਾਲੀ ਵਾਲੀ ਰਾਤ ਨੂੰ ਸਰਕਾਰੀ ਰਿਪੂ ਦਮਨ ਕਾਲਜ ਅਤੇ ਕਾਲਜ ਦੇ ਖੇਡ ਮੈਦਾਨ ਦੀਆਂ ਦੀਵਾਰਾਂ ਤੇ ਦਰਜਨਾਂ ਦੇ ਕਰੀਬ ਖਾਲਿਸਤਾਨ ਜ਼ਿੰਦਾਬਾਦ 2020 ਲਿਖਿਆ ਹੋਇਆ ਸੀ। ਇਸ ਸੰਬੰਧੀ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਰਿਪੂ ਦਮਨ ਕਾਲਜ ਦੇ ਚੌਕੀਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸ਼ਬਦ ਜੋ ਲਿਖੇ ਹਨ ਇਹ ਰਾਤ ਨੂੰ ਲਿਖੇ ਗਏ ਨੇ, ਪਰ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਰਾਤ ਰਾਤ ਚ ਕੋਈ ਲਿਖ ਕੇ ਗਿਆ ਪਰ ਪਤਾ ਨੀ ਲੱਗਿਆ ਕੋਈ। ਅਸੀਂ ਤਾਂ ਪਤਾ ਕੀ ਹੈ ਜੀ, ਰਾਤ ਨੂੰ ਕੋਈ ਪੋਸਟ ਚ ਪੇ ਜਾਂਦਾ ਸਵੇਰੇ ਤਾਰ ਦਿੰਦੇ ਆ, ਉਹ ਰਾਤ ਨੂੰ ਕਿਹਦੇ ਨਾਲ ਕੀ, ਅਗਲੇ ਕੋਲ ਕੀ ਹਥਿਆਰ ਹੋਵੇ, ਕੋਈ ਕੁਛ ਹੋਵੇ, ਅਸੀਂ ਇਸ ਕਰਕੇ ਬੁਲਾਉਂਦੇ ਵੀ ਨੀ ਰਾਤ ਨੂੰ। ਬਸ ਤਾਂ ਐਂ ਆ ਵੀ ਜੇ ਕੋਈ ਮਟੇ ਦਿੰਦੇ ਹਾਂ ਸਵੇਰੇ, ਜੇ ਕੋਈ ਲਿਖ ਲੁਕ ਜਾਂਦਾ ਨਾ ਮਾੜਾ ਮੋਟਾ, ਮਟੇ ਦਿੰਦੇ ਹਾਂ ਮਾੜਾ ਮੋਟਾ, ਉਹ ਰਾਤ ਨੂੰ ਤਾਂ ਦੇਖ ਨਹੀਂ ਸਕਦੇ ਕਿਸੇ ਨੂੰ, ਰਾਤ ਵੀ ਕੰਮ ਜੇ ਰਾਤ ਨੂੰ। ਇਸ ਸੰਬੰਧੀ ਨਾਭਾ ਦੇ SHO ਕਰਨੈਲ ਸਿੰਘ ਨੇ ਦੱਸਿਆ ਕਿ ਇਹ ਸ਼ਬਦ ਜੋ ਲਿਖੇ ਗਏ ਹਨ ਇਸ ਸੰਬੰਧੀ ਅਸੀਂ ਉਹਨਾਂ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਰਹੇ ਹਾਂ। ਇਹ ਕਿਤੇ ਰਾਤ ਦੀਵਾਲੀ ਦੀ ਰਾਤ ਲੱਗਦਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੈ, ਇਹਦੇ ਵਾਸਤੇ ਪਤਾ ਕਰਦੇ ਹਾਂ, ਪੜਤਾਲ ਕਰਦੇ ਹਾਂ। ਅਗਰ ਕਿਸੇ ਦੀ ਸੋਚੀ ਸਮਝੀ ਸਾਜਿਸ਼ ਤਹਿਤ ਕੋਈ ਕਾਰਵਾਈ ਕੀਤੀ ਹੈ ਕਿਸੇ ਨੇ, ਤਾਂ ਉਹਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਇਹ ਰਿਪੂ ਦਮਨ ਕਾਲਜ ਦੀ ਕੰਧ 'ਤੇ 5-7-8 ਜਗ੍ਹਾ ਲਿਖਿਆ ਹੋਇਆ, ਗਰਾਊਂਡ ਦੇ ਬਾਹਰਲੇ ਪਾਸੇ ਇੱਕ ਕੰਧ ਦੇ ਦੀਵਾਰ ਦੇ ਉੱਤੇ ਲਿਖਿਆ ਹੋਇਆ। ਕੁਛ ਨਹੀਂ, ਕੋਈ ਸ਼ਰਾਰਤੀ ਅਨਸਰਾਂ ਵੱਲੋਂ ਗਾਹੇ ਬਗਾਹੇ ਲੋਕਾਂ ਦਾ ਧਿਆਨ ਆਪਣੇ ਵੱਲ ਭਟਕਾਉਣ ਦੇ ਲਈ ਇੱਦਾਂ ਦੀਆਂ ਹਰਕਤਾਂ ਕਰਦੇ ਰਹਿੰਦੇ ਨੇ, ਕੁਝ ਹੀ ਹਰਕਤਾਂ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਪੰਜਾਬ ਦੇ ਕਈ ਸ਼ਹਿਰਾਂ 'ਚ ਖਾਲਿਸਤਾਨ ਜ਼ਿੰਦਾਬਾਦ 2020 ਦੇ ਪੋਸਟਰ ਲੱਗ ਚੁੱਕੇ ਨੇ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।